ਦੇ ਪ੍ਰਣ ਨਾਲ ਨੂਰਮਹਿਲ 'ਚ ਨੂਰਮਹਿਲ ਪ੍ਰੈਸ ਕਲੱਬ ਨੂਰਮਹਿਲ ਦਾ ਗਠਨ ਹੋਇਆ, ਜਿਹਦੇ ਵਿੱਚ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਬੜੇ ਹੀ ਉਤਸ਼ਾਹ ਨਾਲ ਆਪਣੀ ਇੱਕ ਕਮੇਟੀ ਦਾ ਗਠਨ ਕਰ ਲਿਆ ਹੈ। ਅਸੀਂ ਆਪਣੇ ਵੱਲੋਂ ਸਾਰੇ ਪ੍ਰੈਸ ਕਲੱਬ ਮੈਂਬਰ ਜਿਹੜੇ ਆ ਉਹ ਸਮੂਹਿਕ ਤੌਰ 'ਤੇ ਇਹ ਘੋਸ਼ਿਤ ਕਰਦੇ ਹਾਂ ਕਿ ਜੇ ਕਿਸੇ ਨੂੰ ਵੀ ਇੱਦਾਂ ਲੱਗਦਾ ਹੈ ਕਿ ਉਹਨਾਂ ਨੂੰ ਕੋਈ ਸਮੱਸਿਆ ਸੋਸ਼ਲੀ ਆ ਰਹੀ ਹੈ, ਉਹ ਪ੍ਰੈਸ ਹੱਲ ਕਰਵਾ ਸਕਦੀ ਹੈ, ਅਤੇ ਅਸੀਂ ਉਹਨਾਂ ਦੀ ਔਖੀ ਘੜੀ 'ਚ ਹਰ ਵੇਲੇ ਹਾਜ਼ਰ ਹਾਂ। ਮੈਂ ਖੁੱਲ੍ਹੇ ਤੌਰ 'ਤੇ ਬਹੁਤ ਹੀ ਖੁੱਲ੍ਹ ਦਿਲੀ ਨਾਲ ਆਪਣੇ ਵੱਲੋਂ ਐਜ਼ ਏ ਚੇਅਰਮੈਨ ਹੋਣ ਦੇ ਨਾਤੇ ਸਾਰੇ ਹੀ ਇਲਾਕਾ ਵਾਸੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਜੇ ਕਿਸੇ ਨੂੰ ਵੀ ਸਮਾਜਿਕ ਤੌਰ 'ਤੇ ਉਹ ਸਮੱਸਿਆ ਹੈ ਜਿਹੜੀ ਉਹ ਸਮਝਦੇ ਹੈ ਕਿ ਪ੍ਰੈਸ ਹੱਲ ਕਰਵਾ ਸਕਦੀ ਹੈ, ਅਸੀਂ ਉਹਦੇ ਲਈ ਸਦਾ ਹੀ ਹਾਜ਼ਰ ਹਾਂ। ਅੱਜ ਸਾਡੀ ਇਸ ਨੂਰਮਹਿਲ ਪ੍ਰੈਸ ਕਲੱਬ ਨੂਰਮਹਿਲ ਸਿੰਘ ਜੀ ਨੂੰ ਸਰਪ੍ਰਸਤ ਪ੍ਰਧਾਨ ਅਨਮੋਲ ਚਾਹਲ ਜੀ, ਵਾਈਸ ਪ੍ਰਧਾਨ ਰਾਜ ਬਹਾਦਰ ਸੰਧੀਰ ਜੀ, ਜਨਰਲ ਸਕੱਤਰ ਮਾਨਯੋਗ ਜਸਵਿੰਦਰ ਸਿੰਘ ਲਾਂਬਾ ਜੀ, ਖਜ਼ਾਨਚੀ ਗੌਰਵ ਕੁਮਾਰ ਲਵਲੀ ਅਤੇ ਸਾਡੇ PRO ਗੁਰਪ੍ਰੀਤ ਰੰਧਾਵਾ ਜੀ ਨੂੰ ਅਹੁਦੇ ਦਿੱਤੇ ਗਏ ਨੇ। ਸਾਰੇ ਮੈਂਬਰਾਂ ਨੇ ਹੀ ਬੜੇ ਉਤਸ਼ਾਹ ਨਾਲ ਇਹਨਾਂ ਮੈਂਬਰਾਂ ਨੂੰ ਆਪਣਾ ਸਹਿਯੋਗ ਕਰਨ ਦਾ ਕਿਹਾ ਹੈ, ਔਰ ਨਾਲ ਦੀ ਨਾਲ ਇਹ ਸਮੇਂ ਦੇ ਸਮੇਂ ਅਸੀਂ ਇਹਦੇ ਵਿੱਚ ਕਦੀ ਵੀ ਕੋਈ ਜੇ ਸਾਨੂੰ ਲੱਗਦਾ ਹੈ ਚੇਂਜ ਕਰਨ ਦਾ ਜਾਂ ਬਦਲਾਅ ਕਰਨ ਦਾ ਜਾਂ ਮੈਂਬਰ ਵਧਾਉਣ ਦਾ, ਉਹ ਸਮੇਂ ਸਮੇਂ ਸਾਰੇ ਮੈਂਬਰ ਸਲਾਹ ਨਾਲ ਵਧਾਉਂਦੇ ਰਹਿਣ। ਇੱਕ ਵਾਰ ਫਿਰ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਦਾ ਹਾਂ ਅਤੇ ਨਾਲ ਇਲਾਕਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਜੇ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਜਿਹੜੀ ਪ੍ਰੈਸ ਹੱਲ ਕਰ ਸਕਦੀ ਹੈ, ਉਹ ਬਿਨਾਂ ਕਿਸੇ ਝਿਜਕ ਤੋਂ ਕਿਸੇ ਵੀ ਮੈਂਬਰ ਨਾਲ ਜਾਂ ਪ੍ਰੈਸ ਕਲੱਬ ਨਾਲ ਸਾਡੀ ਨੂਰਮਹਿਲ ਨੂਰ ਪ੍ਰੈਸ ਕਲੱਬ ਨਾਲ ਸੰਪਰਕ ਕਰ ਸਕਦਾ। ਜਿਹਦੇ ਵਿੱਚ ਬਹੁਤ ਸਾਰੇ ਸਾਥੀਆਂ ਨੇ ਰਲ ਕੇ ਸਰਬਸੰਮਤੀ ਦੇ ਨਾਲ ਇਸ ਕਲੱਬ ਦਾ ਗਠਨ ਕੀਤਾ ਔਰ ਆਪਣੀ ਸਹਿਮਤੀ ਪ੍ਰਗਟਾਈ ਆ, ਜਿਹਦੇ ਵਿੱਚ 7 ਮੈਂਬਰੀ ਅਹੁਦੇਦਾਰ ਚੁਣੇ ਗਏ ਆ ਅਤੇ ਬਾਕੀ ਨਾਲ ਮੈਂਬਰਾਂ ਚੁਣੇ ਗਏ ਆ, ਅਤੇ ਜਿਹਦੇ ਵਿੱਚ ਤੁਹਾਡੇ ਵੀਰ ਨੂੰ ਮੈਨੂੰ ਐਜ਼ ਏ ਪ੍ਰਧਾਨ ਦੀ ਸੇਵਾ ਬਖਸ਼ੀ ਆ। ਔਰ ਇੱਕ ਗੱਲ ਮੈਂ ਸਾਰੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਇਸ ਕਲੱਬ ਵਿੱਚ ਸਾਰੇ ਪ੍ਰਧਾਨ ਆ, ਸਾਰੇ ਚੇਅਰਮੈਨ ਆ, ਹਰ ਇੱਕ ਮੈਂਬਰ ਉਨਾ ਹੀ ਸਤਿਕਾਰਯੋਗ ਹੈ। ਸੋ ਇਹ ਜਿਹੜੀ ਕਲੱਬ ਹੈਗੀ ਆ, ਜਿਵੇਂ ਕਿ ਸਾਰੇ ਪੱਤਰਕਾਰ ਇਹਦੇ ਵਿੱਚ ਹੈਗੇ ਨੇ ਅਤੇ ਤੁਹਾਨੂੰ ਪਤਾ ਕਿ ਸਮਾਜ ਦੇ ਲਈ ਅੱਗੇ ਵੀ ਜਿੱਦਾਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਅਤੇ ਹੁਣ ਵੀ ਸਮਾਜ ਸੇਵਾ ਦੇ ਲਈ ਔਰ ਪੱਤਰਕਾਰੀ ਦੇ ਖੇਤਰ ਦੇ ਵਿੱਚ ਔਰ ਪੱਤਰਕਾਰਾਂ ਨੂੰ ਆਉਣ ਵਾਲੀਆਂ ਜਿਹੜੀਆਂ ਕੋਈ ਦਰਪੇਸ਼ ਮੁਸ਼ਕਲਾਂ ਆ ਉਹਦੇ ਲਈ ਵੱਧ ਚੜ੍ਹ ਕੇ ਇਹ ਕਲੱਬ ਜਿਹੜੀ ਆ ਯਤਨਸ਼ੀਲ ਰਹੇਗੀ। ਔਰ ਇਸਦੇ ਵਾਸਤੇ ਸਾਰੇ ਇਲਾਕੇ ਜਾਰੀ ਕੀਤੇ ਗਏ ਆ ਜਿਨ੍ਹਾਂ 'ਤੇ ਤੁਸੀਂ ਕਦੇ ਕੋਈ ਜ਼ਰੂਰਤ ਹੈ, ਕੋਈ ਤੁਹਾਨੂੰ ਪ੍ਰਸ਼ਾਸਨ ਤੋਂ ਸਮੱਸਿਆ ਹੈ ਜਾਂ ਕੋਈ ਹੋਰ ਕੋਈ ਖਬਰ ਸੰਬੰਧੀ ਜਾਂ ਕੋਈ ਤੁਹਾਡੀ ਗੱਲਬਾਤ ਤੁਸੀਂ ਕਰਨੀ ਚਾਹੁੰਦੇ ਆ ਤਾਂ ਤੁਸੀਂ ਉਹਨਾਂ ਨੰਬਰਾਂ 'ਤੇ ਗੱਲ ਕਰਕੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਮੈਂ ਉਹ ਤੁਹਾਡੇ ਨਾਲ ਉਹ ਨੰਬਰ ਸਾਂਝੇ ਕਰਦਾ। ਇਹਨਾਂ ਦੇ ਵਿੱਚ ਸਾਡੇ ਸਤਿਕਾਰਯੋਗ ਗੁਰਦੀਪ ਸਿੰਘ ਲਾਲੀ ਜੀ 94-171-20-705 ਔਰ ਜਨਰਲ ਸਕੱਤਰ ਜਸਵਿੰਦਰ ਸਿੰਘ ਲਾਂਬਾ ਜੀ 98-141-25-525। ਮੇਰਾ ਨੰਬਰ 96-534-83-001 ਅਤੇ ਵਾਈਸ ਪ੍ਰਧਾਨ ਰਾਜ ਬਹਾਦਰ ਸੰਧੀਰ ਜੀ 90-417-511-99। ਔਰ ਇਹ ਜਿਹੜੇ 7 ਮੈਂਬਰੀ ਇਹਦੇ ਵਿੱਚ ਜਿਹੜੀ ਔਨਲਾਈਨ ਮੀਟਿੰਗ ਦੇ ਵਿੱਚ ਜਿਹੜਾ ਸਰਬਸੰਮਤੀ ਨਾਲ ਅਹੁਦੇਦਾਰ ਚੁਣੇ ਗਏ ਉਹ ਲਾਲੀ ਭਾਅ ਜੀ ਨੇ ਤੁਹਾਡੇ ਨਾਲ ਦੱਸ ਦਿੱਤਾ ਆ। ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਚੁਣੇ ਗਏ ਆ ਜਿਨ੍ਹਾਂ ਦੇ ਵਿੱਚ ਬਾਲ ਕਿਸ਼ਨ ਬਾਲੀ ਜੀ, ਸ਼੍ਰੀ ਰਵਿੰਦਰ ਭਾਰਦਵਾਜ ਜੀ, ਹਰਜੀਵ ਜੋਸ਼ੀ ਜੀ, ਅਵਤਾਰ ਚੰਦ ਜੀ, ਪ੍ਰਿੰਸ ਅਰੋੜਾ ਜੀ, ਪਾਰਸ ਢਿੰਗਰਾ ਜੀ, ਗੁਰਜੀਤ ਸਿੰਘ ਜੀ, ਸੋਨੂੰ ਬਹਾਦਰਪੁਰੀਆ ਜੀ, ਸੋਨੂੰ ਚਾਹਲ ਜੀ, ਦੀਕਸ਼
ਕੋਹਲੀ ਜੀ, ਭੁਪਿੰਦਰ ਕੁਮਾਰ ਸੋਨੂੰ ਜੀ, ਪਾਰਸ ਨਈਅਰ ਜੀ, ਹੰਸਰਾਜ ਪ੍ਰੀਤ ਜੀ, ਇਹ ਸਾਰੇ ਹੀ ਮੈਂਬਰ ਚੁਣੇ ਗਏ ਆ। ਸੋ ਇੱਕ ਵਾਰ ਮੈਂ ਸਾਰੀ ਹੀ ਜਿਹੜੀ ਟੀਮ ਚੁਣੀ ਗਈ ਆ ਉਹਨਾਂ ਨੂੰ ਆਪਣੇ ਵੱਲੋਂ ਵਧਾਈ ਦਿੰਦਾ, ਔਰ ਤੁਹਾਡੇ ਸਾਰੇ ਇਲਾਕਾ ਨਿਵਾਸੀਆਂ ਦੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੀ ਨੂਰ ਮਹਿਰ ਪ੍ਰੈਸ ਕਲੱਬ ਆ ਇਹ ਲੋਕ ਸੇਵਾ ਦੇ ਲਈ ਤੁਹਾਡੇ ਲਈ ਦਿਨ ਰਾਤ ਹਮੇਸ਼ਾ ਵਚਨਬੱਧ ਰਹੇਗੀ। ਸਤਿ ਸ਼੍ਰੀ ਅਕਾਲ।